ਜੀ ਕੋਈ ਗੱਲ ਨਹੀਂ, ਕੋਈ ਮਿਲੀ ਭੁਗਤ ਨਹੀਂ। ਸੋ ਸਾਡੇ ਸੀ ਐੱਮ ਸਾਹਿਬ ਨੇ ਤਾਂ ਬਿਆਨ ਜਿਹੜਾ ਦਿੱਤਾ, ਸਟੇਟਮੈਂਟ ਦਿੱਤੀ, ਤੁਸੀਂ ਪੜ੍ਹ ਹੀ ਲਿਆ ਸਾਰਿਆਂ ਨੇ। ਸੋ ਮੈਂ ਸਮਝਣਾ ਇਹ ਜਿਹੜੇ ਜੇ ਬਿਆਨਬਾਜ਼ੀਆਂ ਨੇ ਇੱਕ ਦੂਜੇ ਦੇ ਕਰਨੀਆਂ, ਉਹ ਠੀਕ ਨਹੀਂ। ਇਹ ਸੈਟਲਮੈਂਟ ਨੇ ਜੋ ਕੀਤਾ, ਇਹ ਜਿਹੜੀਆਂ ਨੇ, ਮੈਂ ਸਮਝਣਾ ਇਹ ਪੁਲਿਸ ਦੀਆਂ ਪਾਵਰਾਂ ਜਿਹੜੀਆਂ ਇਹਦੇ ਨਾਲ ਕੱਟਣੀਆਂ। ਸੋ ਇਹ ਜਿਹੜਾ ਸਟੈਪ ਜਿਹੜਾ ਬਿਨਾਂ ਸਰਕਾਰ ਤੋਂ ਪੁੱਛੋ ਬਗੈਰ ਜਿਹੜਾ ਕੀਤਾ, ਉਹ ਠੀਕ ਨਹੀਂ। ਇਹ ਜਾਖੜ ਸਾਹਿਬ ਬੜੇ ਇੰਟੈਲੀਜੈਂਟ ਨੇ। ਸੋ ਉਹ ਜੋ ਕਹਿੰਦੇ ਉਹਨਾਂ ਦੀ ਆਪਣੀ ਸੋਚ ਹੈ ਜੀ, ਕੋਈ ਗੱਲ ਨਹੀਂ, ਕੋਈ ਮਿਲੀ ਭੁਗਤ ਨਹੀਂ। ਸੋ ਸਾਡੇ ਸੀ ਐੱਮ ਸਾਹਿਬ ਨੇ ਤਾਂ ਬਿਆਨ ਜਿਹੜਾ ਦਿੱਤਾ, ਸਟੇਟਮੈਂਟ ਦਿੱਤੀ, ਤੁਸੀਂ ਪੜ੍ਹ ਹੀ ਲਿਆ ਸਾਰਿਆਂ ਨੇ। ਸੋ ਮੈਂ ਸਮਝਣਾ ਇਹ ਜਿਹੜੇ ਜੇ ਬਿਆਨਬਾਜ਼ੀਆਂ ਨੇ ਇੱਕ ਦੂਜੇ ਦੇ ਕਰਨੀਆਂ, ਉਹ ਠੀਕ ਨਹੀਂ। ਇਹ ਸੈਟਲਮੈਂਟ ਨੇ ਜੋ ਕੀਤਾ, ਇਹ ਜਿਹੜੀਆਂ ਨੇ, ਮੈਂ ਸਮਝਣਾ ਇਹ ਪੁਲਿਸ ਦੀਆਂ ਪਾਵਰਾਂ ਜਿਹੜੀਆਂ ਇਹਦੇ ਨਾਲ ਕੱਟਣੀਆਂ। ਸੋ ਇਹ ਜਿਹੜਾ ਸਟੈਪ ਜਿਹੜਾ ਬਿਨਾਂ ਸਰਕਾਰ ਤੋਂ ਪੁੱਛੋ ਬਗੈਰ ਜਿਹੜਾ ਕੀਤਾ, ਉਹ ਠੀਕ ਨਹੀਂ। ਇਹ ਜਾਖੜ ਸਾਹਿਬ ਬੜੇ ਇੰਟੈਲੀਜੈਂਟ ਨੇ। ਸੋ ਉਹ ਜੋ ਕਹਿੰਦੇ ਉਹਨਾਂ ਦੀ ਆਪਣੀ ਸੋਚ ਹੈ।